टीम ईडी का अपना सवाल प्रोफेसर साहिब सिंह का पहला नाम की सी अते ओ कौन सन एक लेखक सन हां जी लेखक सन ओ बिल्कुल लेखक सन पहला नाम की सी उन्हां दा एक साधारण लेखक नहीं सन बहुत वड्डे लिखारी होए ने ते उन्हां दा पहला नाम की सी ओ किस परिवार नु संबंध रखदे सन टाइम कीपर प्लीज टीम ससा उन्हां दा पहला नाम नानक सिंह सी नहीं जी टीम हा हा ਉਹ ਇੱਕ ਬਹੁਤ ਤਕੜੇ ਰਾਈਟਰ ਸਨ ਜੀ ਅਤੇ ਉਹਨਾਂ ਨੇ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦਾਰਥ ਕੀਤਾ ਸੀਗਾ ਜੀ ਬਿਲਕੁਲ ਠੀਕ ਦੱਸਿਆ ਬੇਟਾ ਜੀ ਪਰ ਨਾਮ ਦੱਸਣ ਦੀ ਕੋਸ਼ਿਸ਼ ਕਰੋਗੇ ਉਹ ਕਿਸ ਘਰਾਣੇ ਨੂੰ ਸੰਬੰਧਿਤ ਸਨ ਟੀਮ ਹਾਹਾ ਨੇ ਉਹਨਾਂ ਦਾ ਮਹੱਤਵਪੂਰਨ ਕੰਮ ਦੱਸ ਦਿੱਤਾ ਇਸ ਕਰਕੇ ਉਹਨਾਂ ਨੂੰ ਅੱਧੇ ਨੰਬਰ ਮਤਲਬ ਕਿ ਇੱਕ ਨੰਬਰ ਦੇ ਦਿੱਤਾ ਜਾਵੇ ਪ੍ਰੋਫੈਸਰ ਸਾਹਿਬ ਸਿੰਘ ਇੱਕ ਹਿੰਦੂ ਘਰਾਣੇ ਨੂੰ ਸੰਬੰਧ ਰੱਖਦੇ ਸਨ ਜਨਮ ਤੋਂ ਉਹ ਹਿੰਦੂ ਸਨ ਔਰ ਉਹਨਾਂ ਦਾ ਪਹਿਲਾ ਨਾਮ ਨੱਥੂ ਰਾਮ ਸੀ ਸਿਆਲਕੋਟ ਇਲਾਕੇ ਦੇ ਰਹਿਣ ਵਾਲੇ ਸਨ ਹੁਣ ਪਾਕਿਸਤਾਨ ਵਿੱਚ ਹੈ ਔਰ ਉੱਥੇ ਬਾਰਡਰ 'ਤੇ ਵੇਖਦੇ ਸਨ ਕਿ ਸਿੱਖ ਸਿਪਾਹੀ ਸਿੱਖ ਰੈਜੀਮੈਂਟ ਦੇ ਜਦੋਂ ਸਿਪਾਹੀ ਜਵਾਨ ਉੱਥੋਂ ਲੰਘਦੇ ਸਨ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਦਾੜੀਆਂ ਅਤੇ ਸੋਹਣੇ ਸੋਹਣੇ ਸਰੂਪ ਉਹ ਦੇਖ ਕੇ ਨੱਥੂ ਰਾਮ ਨੂੰ ਚੇਟਕ ਲੱਗ ਗਈ ਮੈਂ ਸਿੱਖ ਬਣਨਾ ਹੈ ਨੱਥੂ ਰਾਮ ਅਮਰ ਛੱਕ ਕੇ ਸਾਹਿਬ ਸਿੰਘ ਬਣ ਗਿਆ ਚੇਟਕ ਲੱਗ ਗਈ ਕਿ ਮੈਂ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਤੁਹਾਡੇ ਵਾਂਗੂ ਇੱਕ ਬੱਚਾ ਸੀ ਸਧਾਰਨ ਬੱਚਾ ਬੇਟਾ ਜੀ ਗੁਰਬਾਣੀ ਨੂੰ ਪੜ੍ਹਨ ਲੱਗਿਆ ਅਤੇ ਚੇਟਕ ਲੱਗ ਗਈ ਹੈ ਗੁਰਬਾਣੀ ਦੇ ਲੋਕ ਕਈ ਕਈ ਅਰਥ ਕਰੀ ਜਾਂਦੇ ਨੇ ਪਰ ਗੁਰੂ ਸਾਹਿਬ ਤਾਂ ਇੱਕ ਹੀ ਗੱਲ ਕਹਿਣੀ ਚਾਹੁੰਦੇ ਹੋਣਗੇ ਲੋਕਾਂ ਨੂੰ ਦੁਬਧਾ ਵਿੱਚ ਪਾਇਆ ਜਾ ਰਿਹਾ ਤਾਂ ਪਹਿਲੇ ਉਹ ਲਿਖਾਰੀ ਬਣੇ ਜਿਨ੍ਹਾਂ ਨੇ ਗੁਰਬਾਣੀ ਦਾ ਵਿਆਕਰਣ ਲਿਖਿਆ ਅੱਜ ਦੇ ਖੋਜੀ ਉਹਨਾਂ ਦੀਆਂ ਵਿਆਕਰਣ ਨੂੰ ਉਹਨਾਂ ਦੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਇਸ ਖੋਜ ਨੂੰ ਹੋਰ ਅੱਗੇ ਤੋਰ ਰਹੇ ਹਨ ਡਾਕਟਰ ਸਾਹਿਬ ਸਿੰਘ ਉਹ ਲਿਖਾਰੀ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ 10 ਜਿਲਦਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਲਿਖਿਆ ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਦੇ ਦਰਪਣ ਨੂੰ ਗੁਰਬਾਣੀ ਦੇ ਅਰਥ ਸਮਝਣ ਲਈ ਸਾਡੇ ਵਾਸਤੇ ਇੱਕ ਬਹੁਤ ਵੱਡਾ ਆਧਾਰ ਹਨ ਸੋ ਬੇਟਾ ਜੀ ਅਸੀਂ ਤੁਹਾਡੇ ਵਿੱਚੋਂ ਵੀ ਆਸ ਕਰਦੇ ਹਾਂ ਕਿ ਬਹੁਤ ਸਾਰੇ ਹੋਰ ਪ੍ਰੋਫੈਸਰ ਸਾਹਿਬ ਸਿੰਘ ਪੈਦਾ ਹੋਣਗੇ ਜਿਹੜੇ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਖੋਜ ਕਰਨਗੇ